ਓ ਬਈ ਟ੍ਰੇਨ ਆਪਣੀ ਜਿਹੜੀ ਆ ਸਟੇਸ਼ਨ 'ਤੇ ਪਹੁੰਚ ਗਈ ਹੈ। ਲਓ ਜੀ ਮੌੜ ਮੰਡੀ ਉਤਰ ਗਏ ਆਪਾਂ ਅਤੇ ਲਓ ਜੀ ਆਪਾਂ ਪਹੁੰਚ ਗਏ ਤਲਵੰਡੀ ਬੱਸ ਸਟੈਂਡ। ਆਹ ਨਿਕਲਣ ਸਾਰ ਇੱਥੋਂ ਮੇਲਾ ਸਟਾਰਟ ਹੋ ਜਾਂਦਾ। ਆਹ ਦੇਖੋ ਤੁਸੀਂ ਭੀੜ ਦੇਖੋ ਯਾਰ ਕਿੰਨੀ ਭੀੜ ਹੈ ਨਾ। ਪਕੌੜੇ ਵੀ ਆ ਗਏ ਗਰਮ ਗਰਮ। ਅੱਜ 12 ਤਰੀਕ ਹੈ ਯਾਰ, 12 ਤਰੀਕ ਆਖੇ ਇੰਨੀ ਭੀੜ ਹੋ ਗਈ ਤੁਸੀਂ ਦੇਖੋ ਲੋਕ ਉਰੀ ਬਹਿ ਗਏ ਹੈ ਨਾ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਆਸ ਕਰਦਾ ਸਾਰੇ ਠੀਕ ਠਾਕ ਹੋ। ਇੱਕ ਨਵੇਂ ਦਿਨ ਦੇ ਇੱਕ ਨਵੇਂ ਬਲੌਗ ਦੇ ਨਾਲ ਤੁਹਾਡਾ ਵੈਲਕਮ ਹੈ ਜੀ। ਅਤੇ ਬਲੌਗ ਅੱਜ ਥੋੜ੍ਹਾ ਲੇਟ ਹੋਊਗਾ, ਲੇਟ ਕਿਉਂਕਿ ਇੱਕ ਦੋ ਕੰਮ ਨਿਬੇੜੇ ਨੇ, ਕਿਉਂਕਿ ਮੈਂ ਜਾਣਾ ਜੀ ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਅਤੇ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ। ਅਤੇ ਕਰਦੇ ਹਾਂ ਬਲੌਗ ਦੀ ਸਟਾਰਟਿੰਗ ਅਤੇ ਚੱਲਦੇ ਹਾਂ ਆਪਾਂ, ਅਤੇ ਤੁਹਾਨੂੰ ਦਿਖਾਉਂਦੇ ਹਾਂ ਤਲਵੰਡੀ ਸਾਬੋ ਦਾ ਗੁਰੂ ਘਰ, ਅਤੇ ਉੱਥੋਂ ਕਰਵਾਵਾਂਗੇ ਤੁਹਾਨੂੰ ਦਰਸ਼ਨ ਉਹ, ਅਤੇ ਦਿਖਾਵਾਂਗੇ ਤੁਹਾਨੂੰ ਉੱਥੋਂ ਦਾ ਮੇਲਾ। ਅਤੇ ਆ ਜਾਓ, ਹਾਓ ਸਾਹਮਣੇ ਬੰਦਾ ਧੁੱਪ ਚੱਬਰ ਚਮਕਦਾ ਤਾਂ ਘੱਟ ਹੈ, ਅਤੇ ਇਹ ਆਪਾਂ ਨੂੰ ਮੂਨਕ ਤੱਕ ਛੱਡ ਕੇ ਆਊਗਾ ਕੁਲਦੀਪ ਹੇਅਰ ਡਰੈਸਰ। ਕਿਉਂ ਚੱਲ, ਇਹਨੂੰ ਫੋਨ ਕਰ ਰਿਹਾ ਸੀ ਨੇ। ਅਤੇ ਚੱਲਦੇ ਹਾਂ ਮੂਨਕ, ਮੂਨਕ ਤੋਂ ਬੱਸ ਲੈ ਕੇ ਆਪਾਂ ਜਾਖਲ ਰੇਲਵੇ ਸਟੇਸ਼ਨ ਜਾਵਾਂਗੇ, ਅਤੇ ਉੱਥੋਂ ਜਾਵਾਂਗੇ ਆਪਾਂ ਮੌੜ, ਮੌੜ ਤੋਂ ਫਿਰ ਜਾਵਾਂਗੇ ਆਪਾਂ ਤਲਵੰਡੀ ਸਾਬੋ। ਮਾਰ ਲੈ ਇੱਕ, ਇਹ ਮਸਾਂ ਸਟਾਰਟ ਹੁੰਦਾ ਸਾਡਾ ਮੋਟਰਸਾਈਕਲ। ਓਕੇ ਜੀ, ਮਿਲਦੇ ਹਾਂ ਆਪਾਂ ਸਟੇਸ਼ਨ 'ਤੇ ਜਾ ਕੇ। ਲਓ ਜੀ ਕੁਲਦੀਪ ਆਪਾਂ ਨੂੰ ਉਤਾਰ ਗਿਆ ਰੇਲਵੇ ਸਟੇਸ਼ਨ 'ਤੇ, ਬਹਿ ਕੇ ਮੂਨਕਾਲ ਕੈਂਸਲ ਹੋ ਗਿਆ। ਮੈਂ ਕਿਹਾ ਚੱਲ ਤੂੰ ਜਾਖਲ ਉਤਾਰਿਆ ਮੈਨੂੰ, ਤਾਂ ਮੈਨੂੰ ਜਾਖਲ ਉਤਾਰ ਗਿਆ। ਅਤੇ ਹੁਣ ਆਪਾਂ ਕਟਵਾਉਂਦੇ ਹਾਂ ਟਿਕਟ ਮੌੜਾਂ ਦੀ, ਜਾਖਲ ਤੋਂ ਮੌੜੇ ਜਾਵਾਂਗੇ, ਮੌੜਾਂ ਤੋਂ ਫਿਰ ਤਲਵੰਡੀ ਸਾਬੋ ਨੂੰ ਬੱਸ ਜਾਊਗੀ ਮੌੜਾਂ ਤੋਂ, ਅਤੇ ਆਪਾਂ ਬੱਸ ਚੜ੍ਹ ਕੇ ਤਲਵੰਡੀ ਸਾਬੋ ਜਾਵਾਂਗੇ। ਅਤੇ ਆ ਜਾਓ ਟਿਕਟ ਕਟਵਾਉਂਦੇ ਹਾਂ ਪਹਿਲਾਂ ਮੌੜਾਂ ਜੀ। ਦੋ ਜੀ ਮੌੜਾਂ, ਦੋ ਜੀ ਮੌੜ ਜੀ। ਲਓ ਜੀ ਟਿਕਟ ਆਪਾਂ ਨੇ ਲੈ ਲਈ ਹੈ, ਅਤੇ ਹੁਣ ਚੱਲਦੇ ਹਾਂ ਆਪਾਂ ਪਲੇਟਫਾਰਮ 'ਤੇ। ਆਹ ਸਾਰੇ ਬਾਪੂ ਔਰ ਤਲਵੰਡੀ ਜਾਣ ਵਾਲੇ ਨੇ ਹੈ ਨਾ, ਇਹ ਮੌੜਾਂ ਤੱਕ ਜਾਣਗੇ, ਮੌੜਾਂ ਤੋਂ ਬੱਸ ਆ ਦੇਖੋ ਸਾਹਮਣੇ, ਨੀਚੇ ਬੈਠੇ ਨੇ ਹੈ ਨਾ, ਕੋਈ ਖੜ੍ਹੇ ਨੇ, ਸਾਰੇ ਤਲਵੰਡੀ ਸਾਬੋ ਜਾਣਗੇ। ਉੱਧਰਲੇ ਪਲੇਟਫਾਰਮ 'ਤੇ ਆਊਗੀ ਇੱਕ ਨੰਬਰ 'ਤੇ, ਜਿੱਥੇ ਸਭ ਬੈਠੀਆਂ ਨੇ ਸਾਰੇ ਹੈ ਨਾ, ਇੱਧਰ ਸਵਾਰੀਆਂ ਇੱਧਰ ਹੀ ਸਾਈਡ ਬੈਠੀਆਂ ਨੇ। ਉਹ ਬਈ ਟ੍ਰੇਨ ਆਪਣੀ ਜਿਹੜੀ ਆ ਸਟੇਸ਼ਨ 'ਤੇ ਪਹੁੰਚ ਗਈ ਹੈ। ਭੀੜ ਬਹੁਤ ਜ਼ਿਆਦਾ ਅੱਜ, ਕਿਉਂਕਿ ਸਾਰੇ ਤਲਵੰਡੀ ਵਾਲੇ ਨੇ। Moments later. ਅੰਦਰ ਰੱਖ ਦੇ ਮਾਤਾ ਜੀ, ਨਾਲੇ ਬਹਿ ਜਾ, ਬਹਿ ਜਾ, ਖੁੱਲਾ ਪਟਾਲ ਪਿਆ। ਲਓ ਜੀ ਮੌੜ ਮੰਡੀ ਉਤਰ ਗਏ ਆਪਾਂ, ਅਤੇ ਹੁਣ ਇੱਥੋਂ ਜਾਵਾਂਗੇ ਆਪਾਂ ਬੱਸ ਲੈ ਕੇ ਤਲਵੰਡੀ ਸਾਬੋ। ਲਾਈਨ ਦੀ ਜਿਹੜੀ ਲਵੋ ਲਵੋ ਦੀ ਜਾ ਰਹੇ ਆਪਾਂ, ਇੱਥੇ ਲੰਗਰ ਵੀ ਲੱਗੇ ਹੋਏ ਨੇ, ਅਤੇ ਸੰਗਤਾਂ ਨੂੰ ਲੰਗਰ ਛਕਾਉਂਦੇ ਨੇ ਇੱਥੇ ਹੈ ਨਾ। ਅਤੇ ਆਪਾਂ ਹੁਣ ਚੱਲਾਂਗੇ ਬੱਸ 'ਤੇ ਤਲਵੰਡੀ ਸਾਬੋ। ਦੇਖੀ ਬਾਬਾ, ਆਹ ਦੇਖੋ ਯਾਰ ਬੱਸਾਂ ਨਾ ਇੱਥੋਂ ਸਟਾਰਟ ਹੋ ਜਾਂਦੀਆਂ ਨੇ, ਇੱਥੇ ਖੜੀਆਂ ਨੇ ਨਾ, ਇੱਥੋਂ ਤਲਵੰਡੀ ਸਾਬੋ ਨੂੰ ਸਾਰੀਆਂ ਬੱਸਾਂ ਮਿਲਦੀਆਂ। ਉਹ ਸਾਹਮਣੇ ਦੇਖੋ ਡੱਕੀ ਜਾਂਦੀ ਇੱਕ, ਬਾਕੀ ਆਹ ਖੜੀਆਂ ਨੇ। ਆਪਾਂ ਵੀ ਇਹ 'ਚ ਹੀ ਦੇਖਦੇ ਹਾਂ, ਮਤਲਬ ਇਹ 'ਚ ਚੜ੍ਹਾਂਗੇ। ਲਓ ਬਈ ਬੱਸ 'ਚ ਆਪਾਂ ਬਹਿ ਗਏ, ਅਤੇ ਹੁਣ ਇਹ ਪੂਰੀ ਭਰ ਕੇ ਫਿਰ ਤੋਰਨਗੇ। ਆਹ ਦੇਖੋ
ਬੱਸ ਸਟੈਂਡ ਆ, ਇੱਥੋਂ ਜਿਹੜਾ ਗੁਰੂ ਘਰ ਹੈ ਉਹ ਜਮੀ ਲਾਗੇ ਆ, ਲਾ ਲਓ ਕਿ 2 ਮਿੰਟਾਂ ਦਾ ਰਸਤਾ ਹੈ। ਆਹ ਤੁਸੀਂ ਦੇਖ ਸਕਦੇ ਹੋ ਝੂਲੇ ਕਿਸ਼ਤੀਆਂ ਚੱਲ ਇੱਧਰ, ਹੈ ਨਾ, ਬਾਕੀ ਸੰਗਤਾਂ, ਬਾਕੀ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਵੀ ਕਰਾਵਾਂਗੇ ਆਪਾਂ, ਅਤੇ ਆ ਜਾਓ ਚੱਲਦੇ ਹਾਂ। ਆਹ ਦੇਖੋ ਬੱਸਾਂ ਭਰ ਭਰ ਕੇ ਆਉਣ ਲੱਗ ਰਹੀਆਂ ਨੇ, ਨਿਕਲਣ ਸਾਰ ਇੱਥੋਂ ਮੇਲਾ ਸਟਾਰਟ ਹੋ ਜਾਂਦਾ। ਆਹ ਦੇਖੋ ਦਾਨਾਂ ਲੱਗੀਆਂ ਹੋਈਆਂ ਨੇ, ਹੈ ਨਾ, ਬੱਚਿਆਂ ਵਾਸਤੇ। ਆਹ ਦੇਖੋ ਜੀ ਇੱਧਰ ਗੁਰੂ ਘਰ ਵਾਲਾ ਸਾਈਡ ਆ ਗਈ, ਇੱਧਰਲੀ ਸਾਈਡ ਟਰੈਕਟਰਾਂ ਦਾ ਮੇਲਾ ਲੱਗ ਰਿਹਾ ਇੱਧਰ, ਹੈ ਨਾ, ਕੰਪਨੀ ਵਾਲੇ ਟਰੈਕਟਰ ਸ਼ੋਅ ਕਰ ਰਹੇ ਨੇ ਆਪਦੇ, ਕਰਤਾਰ ਟਰੈਕਟਰ ਵਾਲੇ ਦੇਖੋ। ਅਤੇ ਇੱਧਰ ਦੇਖੋ ਦੁਨੀਆ ਕਿੰਨੀ ਆ ਰਹੀ ਹੈ, ਅਤੇ ਭੀੜ ਦੇਖੋ ਯਾਰ ਕਿੰਨੀ ਭੀੜ ਹੈ, ਹੈ ਨਾ, ਦੁਨੀਆ ਦੁਨੀਆਂ ਪਹੁੰਚ ਰਹੀ ਹੈ। ਆਹ ਦੇਖੋ ਇੱਧਰ ਪੋਲੀਥੀਨ ਦਾ ਤਿਆਗ ਕਰੋ ਕਹਿੰਦਾ, ਘੱਟ ਵਰਤਿਆ ਕਰੋ ਯਾਰ। ਆਪਾਂ ਪਹਿਲਾਂ ਲੰਗਰ 'ਚ ਪਹੁੰਚ ਗਏ, ਆਉਂਦੇ ਹਾਂ ਸਟਾਰਟਿੰਗ ਹੀ ਲੰਗਰ ਤੋਂ ਕਰੀ ਆ, ਬਟ ਭੁੱਖ ਲੱਗ ਰਹੀ ਸੀ ਮੈਨੂੰ ਤਾਂ ਬਹੁਤ ਜ਼ਿਆਦਾ। ਪਹਿਲਾਂ ਭਾਂਡੇ ਲੈਂਦੇ ਹਾਂ ਇੱਥੋਂ ਆਪਾਂ ਬਾਬੇ ਤੋਂ, ਲਓ ਜੀ ਬਰਤਨ ਆਪਾਂ ਨੇ ਲੈ ਲਏ, ਹੁਣ ਚੱਲਦੇ ਆਪਾਂ ਲੰਗਰ 'ਚ। ਚਾਹ ਨਾਲ ਪਕੌੜੇ ਨੇ ਇੱਥੇ, ਚਾਹ ਪਵਾਲੀ ਪਕੌੜੇ ਵਾਲਾ ਜੇ ਆਇਆ ਨਹੀਂ, ਹੋ ਸਾਹਮਣੇ ਆਉਣ ਲੱਗ ਰਿਹਾ ਇੱਧਰ। ਵੈਸੇ ਮੈਨੂੰ ਚਾਹ ਦੀ ਨਹੀਂ ਦੀ, ਪਾਣੀ ਦੀ ਤੇਹ ਦੀ, ਪਰ ਇੱਥੇ ਲੰਗਰ 'ਚ ਚਾਹ ਤੋਂ ਬਿਨਾਂ ਹੋਰ ਕੁਛ ਹੈ ਨਹੀਂ, ਚਾਹ ਪਕੌੜੇ ਤੋਂ ਬਿਨਾਂ। ਪਕੌੜੇ ਵੀ ਆ ਗਏ ਗਰਮ ਗਰਮ। ਲੰਗਰ ਖਾਣ ਤੋਂ ਬਾਅਦ ਆਪਾਂ ਦੁਬਾਰੇ ਆ ਗਏ ਬਾਹਰਲੀ ਸਾਈਡ, ਅਤੇ ਜਿਹੜੀ ਇਹ ਸੜਕ ਹੈ ਨਾ, ਇਹ ਸਾਹਮਣੇ ਰਸਤਾ ਇਹ ਜਾਂਦਾ ਤਖਤ ਸ੍ਰੀ ਦਮਦਮਾ ਸਾਹਿਬ, ਜਿਹੜਾ ਗੁਰੂ ਘਰ ਹੈ ਨਾ ਉਧਰਲੀ ਸਾਈਡ, ਅਤੇ ਗੁਰੂ ਕੇ ਲੰਗਰ ਵੀ ਲੱਗੇ ਹੋਏ ਨੇ। ਸ਼ਾਮ ਹੋ ਗਈ ਮੈਨੂੰ ਪਹੁੰਚਦੇ ਕਰਦੇ ਨੂੰ, ਅਤੇ ਮੱਥਾ ਸਵੇਰੇ ਅੱਜ 12 ਤਰੀਕ ਹੈ, 12 ਤਰੀਕ ਆ ਕੇ ਇੰਨੀ ਭੀੜ ਹੋ ਗਈ, ਤੁਸੀਂ ਦੇਖੋ ਲੋਕ ਉਰੀ ਬਹਿ ਗਏ, ਹੈ ਨਾ, ਜਦੋਂ ਆਪਾਂ ਦਰਬਾਰ ਸਾਹਿਬ ਨੂੰ ਜਾਂਦੇ ਹਾਂ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਘਰ ਜਿਹੜਾ ਰਸਤੇ 'ਚ ਬੈਠੇ ਨੇ, ਆ ਦੇਖੋ ਇੱਧਰਲੀ ਸਾਈਡ ਵੀ ਇੰਨੀ ਜ਼ਿਆਦਾ ਭੀੜ ਹੋ ਰਹੀ ਹੈ। ਲਓ ਜੀ ਹੁਣ ਆਪਾਂ ਕਰਦੇ ਹਾਂ ਰੈਸਟ, ਅਤੇ ਵਲੋਗ ਦਾ ਕਰਦੇ ਹਾਂ ਆਪਾਂ ਐਂਡ, ਕਿਉਂਕਿ ਸਵੇਰੇ ਤੁਹਾਨੂੰ ਸਾਰਾ ਕੁਛ ਦਿਖਾਵਾਂਗੇ, ਮੱਥਾ ਵੀ ਟੇਕਾਂਗੇ, ਗੁਰੂ ਘਰ ਵੀ ਦਿਖਾਵਾਂਗੇ, ਅਤੇ ਅੱਜ ਦਾ ਪਹੁੰਚਦੇ ਪਹੁੰਚਦੇ ਆਪਾਂ ਥੱਕ ਗਏ ਬਾਈ, ਅਤੇ ਵਲੋਗ ਦਾ ਕਰਦੇ ਹਾਂ ਆਪਾਂ ਐਂਡ, ਅਤੇ ਸਵੇਰੇ ਕਰਾਂਗੇ ਸਟਾਰਟ ਦੁਬਾਰਾ।